ਇਹ ਟੋਨੀ ਨਾਮ ਦਾ ਮਰੀਜ਼ ਹੈ, 25 ਸਾਲ ਦੀ ਉਮਰ ਹੈ ਅਤੇ ਬਸਤੀ ਸੋਨਾ ਵਾਲੇ ਦੇ ਰਹਿਣ ਵਾਲਾ ਹੈ ਅਤੇ ਉਹ ਨਸ਼ੇ ਕਰਦਾ ਸੀਗਾ ਅਤੇ ਉਹਦਾ ਇਲਾਜ ਇੱਥੇ ਆਪਣੇ ਪਿੱਛੇ ਉਹ ਉੱਚ ਸੈਂਟਰ ਚੱਲ ਰਿਹਾ ਸੀਗਾ 6 ਤੋਂ 7 ਮਹੀਨੇ ਤੋਂ, ਅਤੇ ਹੁਣ ਉਹ ਸ਼ਾਇਦ ਓਵਰਡੋਜ਼ ਲੈ ਕੇ ਆਇਆ ਸੀ ਅਤੇ ਉਹਦਾ ਟ੍ਰੀਟਮੈਂਟ ਚੱਲ ਰਹੀ ਸੀਗੀ ਅਤੇ ਉਸ ਵਿੱਚ ਉਹਦੀ ਡੈਥ ਹੋ ਗਈ ਹੈ ਅਤੇ ਫਰਦਰ ਉਹਦੀ ਹੁਣ ਬੋਡੀ ਪਿੱਛੇ ਮੋਰਚੀ ਦਿਖਾ ਰਹੇ ਹਾਂ ਅਤੇ ਉਹਦੀ ਉਹ ਕਾਰਵਾਈ ਹੋ ਜਾਏਗੀ। ਅਸੀਂ ਇਹ ਸਰ ਇੱਕ ਤਾਂ ਇੱਥੇ ਡਾਕਟਰ ਨਹੀਂ ਹੈਗੇ ਸੀ ਪੂਰੇ, ਡਾਕਟਰਾਂ ਦੀ ਘੱਟ ਕਰਕੇ, ਦੂਜਾ ਇਲਾਜ ਦੀ ਘੱਟ ਕਰਕੇ ਇਹਨੂੰ ਇਲਾਜ ਨਹੀਂ ਪੂਰਾ ਮਿਲਿਆ, ਮੁੰਡੇ ਨੂੰ ਪੂਰਾ ਟ੍ਰੀਟਮੈਂਟ ਨਹੀਂ ਮਿਲਿਆ, ਇਸ ਕਰਕੇ ਇਹਦੀ ਮੌਤ ਹੋ ਗਈ। ਸਰ ਬੜੇ ਉਪਰਾਲੇ ਪੱਤਰਕਾਰ ਭਾਈਚਾਰੇ ਨੇ ਕੀਤੇ, ਸੰਸਥਾਵਾਂ ਨੇ ਕੀਤੇ, ਪਰ ਕੁਛ ਨਹੀਂ ਹੋਇਆ। ਮੇਰੀ ਹੁਣ ਇੱਕ ਬੇਨਤੀ ਹੈ ਕਿ ਜਿੱਦਾਂ ਜਮਾਤ ਕਰਾਮਾਤ ਹੁੰਦੀ ਹੈ ਅਤੇ ਕੱਠ ਲੋਹੇ ਦੀ ਲੱਠ ਹੁੰਦੀ ਹੈ, ਆਪਾਂ ਸਾਰੇ ਜਥੇਬੰਦੀਆਂ ਇੱਕ ਹੋ ਕੇ ਅਤੇ ਇਸ ਚੀਜ਼ 'ਤੇ ਠੱਲ ਪਾਈਏ, ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਆਪਣਾ ਪੰਜਾਬ ਬਿਲਕੁਲ ਨਸ਼ੇ ਦੇ ਸਮੁੰਦਰ ਵਿੱਚ ਡੁੱਬ ਜਾਏਗਾ ਅਤੇ ਖਤਮ ਹੋ ਜਾਏਗਾ। ਜੇ ਗੱਲ ਕਰੀਏ ਸਰ ਇਸ ਬੰਦੇ ਦੀ ਕਿਵੇਂ ਮੌਤ ਹੋਈ? ਇਸ ਨਸ਼ੇ ਦੀ ਜੀ ਮੁੰਡੇ ਦੀ ਮੌਤ ਹੋਈ ਜੀ ਓਵਰਡੋਜ਼ ਨਸ਼ੇ ਕਰਕੇ, ਔਰ ਸਹੀ ਇਲਾਜ ਸਮੇਂ ਸਿਰ ਇਲਾਜ ਨਾ ਮਿਲਣ ਕਰਕੇ। ਕੀ ਨਾਮ ਸੀ ਇਹਦਾ? ਇਹਦਾ ਨਾਮ ਟੋਨੀ। ਕਿੰਨੀ ਉਮਰ ਹੈ ਜੀ? ਬਾਈ 23-24 ਸਾਲ ਬਸ। ਵੀ ਇਹ ਮੁੰਡਾ ਬਿਲਕੁਲ ਸਹੀ ਸਲਾਮਤ ਸੀਗਾ, ਇਹ ਥੋੜ੍ਹਾ ਘਰੋਂ ਬਿਮਾਰ ਹੋਇਆ ਅਤੇ ਇਹਦੇ ਪੇਰੈਂਟਸ ਇਹਨੂੰ ਲੈ ਕੇ ਆਏ ਨੇ ਸਿਵਲ ਹੋਸਪਿਟਲ 'ਚ, ਅਤੇ ਇਹ ਕਹਿੰਦਾ ਮੈਂ ਨਾ OST ਸੈਂਟਰ ਤੋਂ ਦਵਾਈ ਖਾਣੀ ਆ। ਇਹਨੂੰ ਚੱਕ ਕੇ OST ਸੈਂਟਰ ਤੋਂ ਹਸਪਤਾਲ ਲਿਆਂਦਾ, ਦਵਾਈ ਖਾਣ ਦੇ ਬਾਵਜੂਦ ਇੱਥੇ। ਉਸ ਤੋਂ ਬਾਅਦ ਅਸੀਂ ਗਏ ਚਲੇ ਬਾਹਰ ਵੀ, ਚਲੋ ਚਾਹ ਪੀਂਦੇ ਹਾਂ, ਅਤੇ ਅਸੀਂ ਬਾਹਰ ਗਏ ਚਲੇ। ਉਸ ਤੋਂ ਬਾਅਦ 15-20 ਮਿੰਟ ਬਾਅਦ ਵੀ ਸਾਨੂੰ ਕਿਹਾ ਵੀ ਯਾਰ ਇੱਥੇ ਨਾ ਕੋਈ ਇਲਾਜ ਨਹੀਂ ਚੱਜ ਨਾਲ ਕਰਦਾ ਅਤੇ ਆਓ। ਅਸੀਂ ਆ ਕੇ ਰੌਲਾ ਪਾਇਆ, ਇਲਾਜ ਬੋਤਲ ਜੀ ਸ਼ੁਰੂ ਕੀਤੀ ਆ, ਉਹ ਵੀ ਅੱਧ 'ਚ ਛੱਡ ਦਿੱਤੀ, ਅਤੇ ਕੋਈ ਮਤਲਬ ਕੰਪਲੀਟਲੀ ਟ੍ਰੀਟਮੈਂਟ ਨਹੀਂ ਹੋਇਆ। ਇਹਦੀ ਵਜ੍ਹਾ ਜਿਹੜੇ ਇਹੋ ਜਿਹੇ ਮਰ ਰਹੇ ਆ ਨਾ, ਇਹਨਾਂ ਦੀ ਵਜ੍ਹਾ ਇਹ ਆ ਵੀ ਜਿਹੜੀ OST ਸੈਂਟਰ ਤੋਂ ਦਵਾਈ ਮਿਲਦੀ ਹੈ ਨਾ, ਜਿਹੜੀ ਜਿਭ ਥੱਲੇ ਰੱਖਦੇ ਆ, ਉਹ ਗੋਲੀਆਂ ਆ, ਅਤੇ ਗੋਲੀਆਂ ਖਾ ਕੇ ਉਸ ਤੋਂ ਬਾਅਦ ਬਾਹਰ ਆ ਕੇ ਉਹੀ ਦਵਾਈ ਬਾਹਰ ਕੱਢ ਦਿੰਦੇ ਮੂੰਹ 'ਚੋਂ, ਫਿਰ ਉਹ ਏਵਲ 'ਚ ਜਾਂ ਕਿਸੇ ਹੋਰ ਚੀਜ਼ 'ਚ ਮਿਲਾ ਕੇ ਤੋ ਆਪਦੇ ਨਾ ਇੰਜੈਕਸ਼ਨ ਲਾਉਂਦੇ ਆ। ਉਹਦੇ ਨਾਲ ਇੱਥੋਂ ਦੀ ਰਿਪੋਰਟ ਹੈ ਵੀ ਬਹੁਤ ਜਣਿਆਂ ਨੂੰ ਕਾਲਾ ਪੀਲੀਆ ਵੀ ਹੋਇਆ, HIV ਵੀ ਹੋਈ ਆ, ਪੋਜ਼ਿਟਿਵ HIV ਪੋਜ਼ਿਟਿਵ, ਮਤਲਬ ਲੋਕ ਮਰਦੇ ਪਏ ਨੇ ਜ਼ਿਆਦਾ ਤੱਕ। ਇਸਦੀ ਮੌਤ ਕਿਵੇਂ ਹੋਈ ਆ? ਇਹਦੀ ਮੌਤ ਵੀ ਮੈਂ ਇੰਜੈਕਸ਼ਨ ਲਾਉਂਦਾ ਹੁੰਦਾ ਸੀਗਾ, ਇਹ ਵੀ ਨਸ਼ੇ ਕਰਕੇ ਹੀ ਹੋਈ ਆ ਜ਼ਿਆਦਾਤਰ, ਇਹਦਾ ਓਵਰਡੋਜ਼ ਕਰਕੇ ਹੀ। ਅਤੇ ਬਾਕੀ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲ ਇਹ ਆ ਵੀ ਜਿਹੜੀ ਆ ਦਵਾਈ ਦਾ ਮਿਸਯੂਜ਼ ਹੁੰਦਾ, ਜੇ ਅਗਰ ਕੋਈ ਸਹੀ ਤਰੀਕੇ ਨਾਲ ਖਾਈ ਜਾਵੇ ਤਾਂ ਬਚ ਵੀ ਸਕਦਾ, ਬਟ ਜਿਹੜਾ ਮਿਸਯੂਜ਼ ਹੁੰਦਾ ਉਹਨੂੰ ਰੋਕਿਆ ਜਾਵੇ। ਜਿਹੜੀ ਦਵਾਈ ਕੱਢ ਕੇ ਟੀਕੇ ਲਾਉਂਦੇ ਆ ਉਹਨੂੰ ਜੇ ਰੋਕ ਦਿੱਤਾ ਤਾਂ ਆਹ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਕਮੀ ਆਏਗੀ।